ਕੀ ਅਸੀਂ ਚੁੰਬਕ ਨਾਲ ਜਿਓਮੈਟਰੀ ਯਾਦ ਕਰ ਸਕਦੇ ਹਾਂ? ਜੀ ਹਾਂ ਬਿਲਕੁਲ। ਇਸ ਲਈ ਤੁਹਾਨੂੰ ਬਹੁਤ ਸਾਰੇ ਗੋਲ ਚੁੰਬਕ, ਬੋਤਲਾਂ ਦੇ ਢੱਕਣ ਅਤੇ ਥੋੜ੍ਹੀ ਜਿਹੀ ਗੂੰਦ ਚਾਹੀਦੀ ਹੈ। ਦੋ ਚੁੰਬਕਾਂ ਨੂੰ ਰੱਖ ਦਿਓ। ਜੇ ਉਹ ਉੱਤਰ ਅਤੇ ਦੱਖਣ ਵਾਲੇ ਹੋਣਗੇ ਤਾਂ ਇੱਕ ਦੂਜੇ ਵੱਲ ਆਕਰਸ਼ਿਤ ਹੋ ਜਾਣਗੇ ਅਤੇ ਚਿਪਕ ਜਾਣਗੇ। ਹੁਣ ਉਹਨਾਂ ਨੂੰ ਬਦਲ ਦਿਓ। ਇੱਕੋ ਜਿਹੇ ਪਾਸੇ ਹੋਣ ਦੇ ਕਾਰਨ ਉਹ ਇੱਕ ਦੂਜੇ ਨੂੰ ਦੂਰ ਧੱਕਣਗੇ। ਸਾਰੇ ਚੁੰਬਕ ਇਸ ਤਰ੍ਹਾਂ ਨਾਲ ਰੱਖੇ ਜਾਣਗੇ ਕਿ ਉਹ ਵਿਚਕਾਰ ਵਾਲੇ ਚੁੰਬਕ ਨੂੰ ਦੂਰ ਧੱਕਣ। ਇਸੇ ਸਥਿਤੀ ਵਿੱਚ ਸਾਰੇ ਚੁੰਬਕਾਂ ਦੇ ਉੱਪਰ ਗੂੰਦ ਲਗਾ ਦਿਓ। ਇਹਨਾਂ ਚੁੰਬਕਾਂ ਨੂੰ ਬੋਤਲਾਂ ਦੇ ਢੱਕਣਾਂ ਦੇ ਥੱਲੇ ਲਗਾ ਦਿਓ। ਚੁੰਬਕਾਂ ਦੀ ਸਥਿਤੀ ਬਦਲੀ ਨਹੀਂ ਜਾਵੇਗੀ। ਇਸ ਤਰ੍ਹਾਂ ਤੁਹਾਡੇ ਕੋਲ 7 ਚੁੰਬਕ ਇੱਕ ਦੂਜੇ ਨੂੰ ਦੂਰ ਧੱਕਣ ਵਾਲੇ ਹੋਣਗੇ ਅਤੇ ਤੁਹਾਨੂੰ ਉਹਨਾਂ ਦੇ ਉੱਪਰ ਅਤੇ ਥੱਲੇ ਵਾਲਾ ਪਾਸਾ ਦਿਖਦਾ ਹੋਵੇਗਾ। ਇੱਕ ਚੁੰਬਕ ਨੂੰ ਪਾਣੀ ਦੇ ਵੱਡੇ ਟੱਬ ਵਿੱਚ ਰੱਖ ਦਿਓ। ਹੁਣ ਦੂਜੇ ਨੂੰ ਰੱਖੋ। ਦੋਨੋਂ ਚੁੰਬਕ ਇੱਕ ਦੂਜੇ ਨੂੰ ਦੂਰ ਧੱਕਦੇ ਹੋਏ ਪਰਾਂ ਚਲੇ ਜਾਣਗੇ। ਹੁਣ ਤੀਜਾ ਚੁੰਬਕ ਰੱਖੋ ਤਾਂ ਤਿੰਨੋਂ ਚੁੰਬਕ ਆਪੇ ਹੀ ਇੱਕ ਤ੍ਰਿਕੋਣ ਦੀ ਦਿਸ਼ਾ ਵਿੱਚ ਆ ਜਾਣਗੇ। ਜੇ ਤੁਸੀਂ ਇੱਕ ਹੋਰ ਚੁੰਬਕ ਰੱਖੋਗੇ ਤਾਂ ਇਹ ਸਾਰੇ ਚੌਰਸ ਦੀ ਸ਼ਕਲ ਬਣਾ ਲੈਣਗੇ। ਜੇ ਤੁਸੀਂ ਇੱਕ ਹੋਰ ਚੁੰਬਕ ਰੱਖੋਗੇ ਤਾਂ ਇਹ ਬਿਲਕੁਲ ਵਿਚਕਾਰ ਚਲਾ ਜਾਵੇਗਾ। ਛੇਵਾਂ ਚੁੰਬਕ ਰੱਖਣ ਨਾਲ ਇੱਕ ਚੁੰਬਕ ਵਿਚਕਾਰ ਰਹੇਗਾ ਅਤੇ ਬਾਕੀ ਪੈਂਟਾਗਨ ਬਣਾ ਦੇਣਗੇ। ਹੁਣ ਇੱਕ ਹੋਰ ਚੁੰਬਕ ਰੱਖਣ ਨਾਲ ਇਹ ਸਾਰੇ ਹੈਕਸਾਗਨ ਬਣਾ ਦੇਣਗੇ। ਇਹ ਦੇਖਣ ਨਾਲ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਤੁਸੀਂ ਉਹਨਾਂ ਨਾਲ ਖੇਡ ਸਕਦੇ ਹੋ। ਜੇ ਤੁਸੀਂ ਵਿਚਕਾਰ ਵਾਲੇ ਚੁੰਬਕ ਨੂੰ ਹਿਲਾਓਗੇ ਤਾਂ ਸਾਰੇ ਹੀ ਹਿਲ ਜਾਣਗੇ। ਹੁਣ ਇੱਕ ਤੋਂ ਬਾਅਦ ਇੱਕ ਚੁੰਬਕ ਨੂੰ ਉੱਥੋਂ ਹਟਾਉਣਾ ਸ਼ੁਰੂ ਕਰ ਦਿਓ। ਉਹ ਹੈਕਸਾਗਨ ਬਣ ਜਾਏਗਾ। ਇੱਕ ਹੋਰ ਹਟਾਉਣ ਨਾਲ ਪੈਂਟਾਗਨ ਬਣ ਜਾਏਗਾ। ਇੱਕ ਹੋਰ ਹਟਾਉਣ ਨਾਲ ਚਕੋਰ ਬਣ ਜਾਏਗਾ। ਇੱਕ ਹੋਰ ਹਟਾਉਣ ਨਾਲ ਤ੍ਰਿਕੋਣ ਬਣ ਜਾਏਗਾ। ਚੁੰਬਕ ਨਾਲ ਖੇਡਦੇ ਹੋਏ ਇਹਨਾਂ ਦਾ ਆਨੰਦ ਲਓ।